कि अक्सर जिहड़े माँ बाप ने वह आपके बच्चों की तुलना एक दूजे दे नाल करनी शुरू कर देंदे ने, चाहे वह घर दे विच अपने बच्चों का होवे भी देख तेरी वड्डी भैण ने इदां कीता तू भी ऐ करना। पढ़ाई नूं असीं मेन चलो बना दिंदे आ, पर हाँ चलो पढ़ाई भी जिंदगी च जरूरी है, पर जो मुकाबलेबाजी च सानूं पा दिता जांदा तां वह चीज़ फिर बहुत ज़्यादा औखी हो जाती है। साढ़े टीचर्स भी मतलब बहुत फील करवाउंदे ने बड़ा, वो बच्चा जिहड़ा कि पढ़ाई लई बहुत ज़्यादा तेज़ नहीं इंटैलीजेंट नहीं हैगा तां उहनूं इगनोरेंट फील हुंदा है क्लास दे विच। नवें नवें एक नर्सिंग कॉलेज अपने इधर आए सीगे है ना, तो कुड़ियां नूं किसे ने भी कदी पुछया तक नहीं सीगा वी तू टीचिंग च जाना चाहुंदी आ जां कोई होर, तू फैशन डिजाइनिंग च जाना चाहुंदी आ, तो सारे मतलब पंजाब नूं इह हो गया सी वी सब नूं नर्सिंग करा दो, इहदा बार बॉस स्कोप आ, जां इस चक्कर दे विच मुंडे ने जिहड़े बाहरले मिल जांदे। बाहरले बच्चे इंडिपेंडेंट हुंदे ने, इंडिपेंडेंट उह इस करके हुंदे ने क्योंकि उह डिसीजन मेकर हुंदे ने अपनी लाइफ दे बहुत छोटी उम्र दे विच है ना, उन्हां नूं इस तरीके दे नाल ट्रेन किया जाता है कि तुसीं डिसीजन खुद लवो। ये हुंदा वी अपने किसी पेपर चों ही नंबर घट आए आपां जां किसी रिश्तेदार दे आए तो शरारत करती तो माँ प्यो फिर सानूं दूजे बच्चों नाल कंपेयर करन ला जांदे ने। कई बच्चे मैं देखिया वा भी वह कह देणगे भी मैं नहीं जाना हैगा विआह ते है ना, उत्थे सारे रिश्तेदार होणगे क्योंकि उन्हें पता होंदा वा विआह ते फिर रिश्तेदारां च गल्लां की छिड़दियां ने, वह पुछणगे तू की पढ़दा तू की करदा, अच्छा तू आर्ट्स ही लै ले। विशोशल वेख रहे दर्शकों नूं सत श्री अकाल, मैं रुपिंदर संधू, तुहाडा सारिआं दा स्वागत है प्रोग्राम गल ते गल च। हमेशा ही असीं वेखदे हां कि घरां दे विच कई वारी बच्चे हुंदे आ ते उहनां दे वी बचपन तों लै के कुछ कु सुपने हुंदे आ कि असीं वड्डे हो के ये बनना चाहुंदे आ, पर उहनां दे विचकार ते माँ प्यो दे दरम्यान एक खिच एक कश्मकश जिहनूं असीं कदी वी महसूस नहीं करदे उह अक्सर वेखण नूं मिलदी है कि माँ प्यो दे सुपने ने जिहड़े ਬੱਚਿਆਂ ਨਾਲੋਂ ਕਈ ਵਾਰੀ ਵੱਖਰੇ ਹੁੰਦੇ ਨੇ। ਇਹਨਾਂ ਹੀ ਗੱਲਾਂ ਦੇ ਉੱਪਰ ਅੱਜ ਆਪਾਂ ਗੱਲਬਾਤ ਕਰਾਂਗੇ ਅਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਹੋਣਗੇ ਗੁਰਦੀਪ ਗਰੇਵਾਲ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗੁਰਦੀਪ। ਸਤਿ ਸ਼੍ਰੀ ਅਕਾਲ ਭੈਣ, ਕਿਵੇਂ ਹੋ ਤੁਸੀਂ? ਵਧੀਆ, ਠੀਕ ਠਾਕ, ਤੁਸੀਂ ਸੁਣਾਓ? ਬਹੁਤ ਵਧੀਆ, ਅਤੇ ਅੱਜ ਬਹੁਤ ਹੀ ਖੂਬਸੂਰਤ ਜਗ੍ਹਾ 'ਤੇ ਤੁਸੀਂ ਲੈ ਕੇ ਆ ਰਹੇ ਹੋ, ਨਹਿਰ ਵਗ ਰਹੀ ਹੈ ਨਾਲ। ਬਿਲਕੁਲ, ਅਤੇ ਵਿਸ਼ਾ ਵੀ ਮੈਨੂੰ ਲੱਗਦਾ ਕਿ ਇਹਦੇ 'ਤੇ ਗੱਲ ਬਹੁਤ ਘੱਟ ਹੁੰਦੀ ਹੈ ਅਤੇ ਜ਼ਰੂਰ ਹੋਣੀ ਚਾਹੀਦੀ ਹੈ। ਗੁਰਦੀਪ, ਤੁਹਾਨੂੰ ਜਦੋਂ ਤੁਸੀਂ ਛੋਟੇ ਸੀ ਹੈ ਨਾ, ਤੁਹਾਨੂੰ ਲੱਗਦਾ ਹੁੰਦਾ ਵੀ ਕਈ ਵਾਰੀ ਮੇਰੇ ਅਤੇ ਮੇਰੇ ਭੈਣ ਭਰਾਵਾਂ ਦੇ ਵਿੱਚ ਹੈ ਨਾ, ਬੇਸ਼ੱਕ ਆਪਾਂ ਸਾਰੇ ਹੀ ਮਤਲਬ ਮਾਂ ਪਿਓ ਲਈ ਬਹੁਤ ਪਿਆਰੇ ਹੁੰਦੇ ਹਾਂ, ਪਰ ਫਿਰ ਵੀ ਤੁਹਾਨੂੰ ਕਦੀ ਕਦੀ ਲੱਗਦਾ ਹੁੰਦਾ ਹੈ ਕਿ ਕੁਝ ਕੁ ਚੀਜ਼ਾਂ ਜਿਹੜੀਆਂ ਮੇਰੀਆਂ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਦੂਜਿਆਂ ਨੂੰ ਉਸ ਚੀਜ਼ਾਂ 'ਚ ਕੁਛ ਖਾਸ ਤਵੱਜੋ ਦਿੱਤੀ ਜਾ ਰਹੀ ਹੈ, ਜਾਂ ਫਿਰ ਕਈ ਵਾਰੀ ਇਹ ਹੁੰਦਾ ਵੀ ਆਪਣੇ ਕਿਸੇ ਪੇਪਰ 'ਚੋਂ ਹੀ ਨੰਬਰ ਘੱਟ ਆਏ ਆਪਾਂ ਜਾਂ ਕਿਸੇ ਰਿਸ਼ਤੇਦਾਰ ਦੇ ਆਏ ਅਤੇ ਸ਼ਰਾਰਤ ਕਰਤੀ ਤਾਂ ਮਾਂ ਪਿਓ ਫਿਰ ਸਾਨੂੰ ਦੂਜੇ ਬੱਚਿਆਂ ਨਾਲ ਕੰਪੇਅਰ ਕਰਨ ਲਾ ਜਾਂਦੇ ਨੇ, ਇਹ ਚੀਜ਼ ਕਦੀ ਹੋਈ ਤੁਹਾਡੇ ਨਾਲ? ਇਸ ਗੱਲੋਂ ਅਸੀਂ ਬਹੁਤ ਤਿੰਨੋਂ ਹੀ ਭੈਣ ਭਰਾ ਬਹੁਤ ਖੁਸ਼ਕਿਸਮਤ ਰਹੇ ਹਾਂ ਕਿ ਸਾਡਾ ਅੱਜ ਤੱਕ ਕਦੇ ਵੀ ਸਾਡੇ ਮਦਰ ਫਾਦਰ ਨੇ ਕੰਪੈਰੀਜ਼ਨ ਨਹੀਂ ਸੀ ਕੀਤਾ, ਅਤੇ ਨਾ ਹੀ ਸਾਨੂੰ ਕਦੇ ਇਸ ਗੱਲ ਦੇ ਲਈ ਕਿਹਾ ਗਿਆ ਸੀਗਾ ਕਿ ਤੁਹਾਡੇ ਇੰਨੇ ਨੰਬਰ ਆਉਣੇ ਚਾਹੀਦੇ ਨੇਗੇ ਜਾਂ ਤੁਸੀਂ ਫਸਟ ਆਉਣਾ ਚਾਹੀਦੇ ਹੋ ਜਾਂ ਸੈਕਿੰਡ ਆਉਣਾ ਚਾਹੀਦੇ ਹੋ। ਹਾਂ, ਇੰਨਾ ਜ਼ਰੂਰ ਸੀਗਾ ਕਿ ਵਧੀਆ ਪੜ੍ਹੋ ਤੁਸੀਂ, ਪਰ ਕਦੇ ਉਹ ਜਿਵੇਂ ਮੈਂ ਦੇਖਦੀ ਹੁੰਦੀ ਸੀ ਵੀ ਸਾਡੇ ਨਾਲ ਦੇ ਜਿਹੜੇ ਫਰੈਂਡਸ ਹੁੰਦੇ ਸੀਗੇ ਉਹਨਾਂ ਨੇ ਕਈ ਵਾਰ ਕਹਿਣਾ ਮੇਰੇ ਮੰਮਾ ਪਾਪਾ ਗੁੱਸੇ ਹੋਣਗੇ ਜੇ ਮੇਰੇ ਇੰਨੇ ਨੰਬਰ ਆਏ ਨਾ, ਤਾਂ ਉਹਨਾਂ ਦਾ ਜਿਹੜਾ ਪ੍ਰੈਸ਼ਰ ਹੁੰਦਾ ਸੀਗਾ ਉਹ ਮੈਨੂੰ ਬਹੁਤ ਅਜੀਬ ਲੱਗਦਾ ਹੁੰਦਾ ਸੀਗਾ, ਅਤੇ ਮੈਨੂੰ ਹੁੰਦਾ ਸੀਗਾ ਵੀ ਇਹ ਬੇਲੋੜੀ ਚੀਜ਼ ਆ, ਇਹ ਨਹੀਂ ਹੋਣੀ ਚਾਹੀਦੀ ਸੀਗੀ ਹੈ ਨਾ। ਅਤੇ ਮੈਂ ਆਪਣੀ ਪੂਰੀ ਪੜ੍ਹਾਈ ਦੌਰਾਨ ਮੈਨੂੰ ਕਦੇ ਐਵੇਂ ਮਹਿਸੂਸ ਨਹੀਂ ਹੋਇਆ ਜੇ ਕਿਤੇ ਅਸੀਂ ਜਾ ਕੇ ਕਹਿ ਦੇਣਾ ਕਿ ਮੰਮੀ ਇਸ ਵਾਰ ਨੰਬਰ ਘੱਟ ਨੇਗੇ ਹੈ ਨਾ, ਜਾਂ ਅੱਜ ਦਾ ਪੇਪਰ ਬਹੁਤ ਵਧੀਆ ਨਹੀਂ ਹੋਇਆ, ਤਾਂ ਉਹ ਕਹਿ ਦਿੰਦੇ ਸੀ ਕੋਈ ਗੱਲ ਨਹੀਂ ਘੱਟ ਪਾਸ ਤਾਂ ਹੋ ਜਾਓਗੇ ਤੁਸੀਂ। ਤਾਂ ਉਹਨਾਂ ਨੇ ਕਦੇ ਮਤਲਬ ਇੰਨਾ ਪ੍ਰੈਸ਼ਰ ਨਹੀਂ ਸੀ ਪਾਇਆ ਕਿ ਆ ਹੀ ਪੜ੍ਹੋ ਜਾਂ ਪੜ੍ਹਾਈ ਦੇ ਵਿੱਚ ਤੁਹਾਡੇ ਇੰਨੇ ਜ਼ਿਆਦਾ ਨੰਬਰ ਹੋਣੇ ਚਾਹੀਦੇ ਨੇ, ਜਾਂ ਪੜ੍ਹਾਈ ਨੂੰ ਛੱਡ ਕੇ ਵੀ ਕਦੇ ਇਹ ਕੰਪੈਰੀਜ਼ਨ ਸਾਡਾ ਨਹੀਂ ਹੋਇਆ ਸੀ ਕਿ ਦੇਖ ਤੇਰੇ ਫਲਾਣੇ ਮਾਮੇ ਚਾਚੇ ਤਾਏ ਦੇ ਜਵਾਕਾਂ ਨੂੰ ਦੇਖ ਆਹ ਕੰਮ ਆਉਂਦਾ ਜਾਂ ਤੁਸੀਂ ਵੀ ਉਹਨਾਂ ਵਰਗੇ ਬਣਨਾ ਆ, ਇੱਦਾਂ ਕਦੇ ਨਹੀਂ ਸੀ ਹੋਇਆ। ਪਰ ਜਿਹੜੀ ਗੱਲ 'ਤੇ ਆਪਾਂ ਗੱਲ ਕਰਨੀ ਹੈ ਜਿਸ ਵਿਸ਼ੇ 'ਤੇ ਹੈ ਨਾ, ਕਿ ਅਕਸਰ ਜਿਹੜੇ ਮਾਂ ਬਾਪ ਨੇ ਉਹ ਆਪਦੇ ਬੱਚਿਆਂ ਦੀ ਤੁਲਨਾ ਇੱਕ ਦੂਜੇ ਦੇ ਨਾਲ ਕਰਨੀ ਸ਼ੁਰੂ ਕਰ ਦਿੰਦੇ ਨੇ, ਚਾਹੇ ਉਹ ਘਰ ਦੇ ਵਿੱਚ ਆਪਣੇ ਬੱਚਿਆਂ ਦਾ ਹੋਵੇ ਵੀ ਦੇਖ ਤੇਰੀ ਵੱਡੀ ਭੈਣ ਨੇ ਇੱਦਾਂ ਕੀਤਾ ਤੂੰ ਵੀ ਐਂ ਕਰਨਾ ਹੈ ਨਾ, ਚਲੋ ਇੱਕ ਇਗਜ਼ਾਮਪਲ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਕਿ ਦੇਖ ਉਹ ਵਧੀਆ ਪੜ੍ਹ ਰਿਹਾ ਤੂੰ ਵੀ ਵਧੀਆ ਪੜ੍ਹਨਾ, ਪਰ ਤੂੰ ਉਹਦੇ ਵਰਗਾ ਹੋ ਜਾ
ਇਹ ਚੀਜ਼ ਬਹੁਤ ਗਲਤ ਹੁੰਦੀ ਹੈ। ਗੁਰਦੀਪ ਮੈਨੂੰ ਵੀ ਐਂ ਲੱਗਦਾ ਹੁੰਦਾ ਵੀ ਜਦੋਂ ਆਪਾਂ ਨੂੰ ਸਕੂਲ ਪਾਉਂਦੇ ਨੇ ਹੈ ਨਾ, ਉਸ ਵੇਲੇ ਸਾਰੇ ਮਾਪਿਆਂ ਨੂੰ ਇਹੀ ਪਤਾ ਹੁੰਦਾ ਵੀ ਇੱਕ ਚੰਗੇ ਸਕੂਲ ਦੇ ਵਿੱਚ ਬੱਚੇ ਨੂੰ ਪਾਉਣਾ ਜਿੱਥੇ ਉਹਨੇ 10ਵੀਂ ਤੱਕ ਉਹੀ ਪੜ੍ਹਾਈ ਕਰਨੀ ਹੁੰਦੀ ਹੈ ਜਿਹੜੀ ਆਮ ਸਾਰੇ ਬੱਚੇ ਕਰਦੇ ਆ। ਫਿਰ ਚਲੋ ਉੱਥੇ ਨਰਸਰੀ ਕੇ ਜੀ ਤੱਕ ਜਾਂਦਿਆਂ ਹੀ ਤੁਹਾਡਾ ਮੁਕਾਬਲਾ ਜਿਹਾ ਸ਼ੁਰੂ ਹੋ ਜਾਂਦਾ ਹੁੰਦਾ ਨਾ ਵੀ ਕੋਈ ਉਹ ਫਸਟ ਆ ਗਿਆ। ਸ਼ਾਇਦ ਗੌਰਮੈਂਟ ਨੇ ਮੇਰੇ ਲੱਗਦਾ ਇਸੇ ਲਈ ਸਮੈਸਟਰ ਜਿਹੜਾ ਸਿਸਟਮ ਸ਼ੁਰੂ ਕਰ ਲਿਆ ਵੀ ਉਹ ਫਸਟ ਸੈਕਿੰਡ ਕੱਢਦੇ ਹੀ ਨਹੀਂ, ਉਹ ਹੈ ਨਾ ਸਿਰਫ ਤੁਹਾਨੂੰ ਪਰਸੈਂਟੇਜ ਦੱਸੀ ਜਾਂਦੀ ਆ। ਉਦੋਂ ਤੱਕ ਸਾਨੂੰ ਮਤਲਬ ਸਾਡੇ ਦਿਮਾਗ 'ਚ ਇਹ ਗੱਲ ਬਿਠਾ ਦਿੰਦੇ ਨੇ ਵੀ ਤੂੰ ਫਸਟ ਆਉਣਾ ਤੂੰ ਸੈਕਿੰਡ ਆਉਣਾ। ਚਲੋ ਉਹ ਵੀ ਇੱਕ ਨੋਰਮਲ ਗੱਲਾਂ ਨੇ, ਹਰੇਕ ਮਾਂ ਪਿਓ ਨੂੰ ਸ਼ਾਇਦ ਰੀਜ ਹੁੰਦੀ ਹੋਈ ਆ ਵੀ ਬੱਚਾ ਫਸਟ ਸੈਕਿੰਡ ਆਵੇ। ਪਰ ਸੋਰੀ ਮੈਂ ਤੁਹਾਨੂੰ ਵਿੱਚ ਹੀ ਟੋਕਿਆ, ਜਿਵੇਂ ਤੁਸੀਂ ਸਕੂਲ ਦੀ ਗੱਲ ਕੀਤੀ ਆ ਨਾ, ਇਹ ਇਕੱਲੇ ਮਾਂ ਬਾਪ ਨਹੀਂ, ਅਕਸਰ ਤੁਸੀਂ ਦੇਖਿਆ ਹੋਣਾ ਕਿ ਕਲਾਸ ਦੇ ਵਿੱਚ ਕਈ ਜਿਹੜੇ ਬੱਚੇ ਅਕੈਡੈਮਿਕਲੀ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੁੰਦੇ, ਮੰਨ ਲਓ ਵੀ ਉਹ ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਨਹੀਂ ਹੈਗੇ, ਪਰ ਇਹ ਤਾਂ ਨਹੀਂ ਹੋ ਸਕਦਾ ਵੀ ਕਿਸੇ ਦਾ ਦਿਮਾਗ ਹੀ ਨਾ ਹੋਵੇ। ਹੋ ਸਕਦਾ ਉਹਦਾ ਦਿਮਾਗ ਜਿਹੜਾ ਪੜ੍ਹਾਈ ਲਿਖਾਈ ਨੂੰ ਨਾ ਚੱਲ ਕੇ ਕਿਸੇ ਇੱਕ ਹੋਰ ਸਬਜੈਕਟ ਦੇ ਵਿੱਚ ਜਾਂ ਕਿਸੇ ਇੱਕ ਹੋਰ ਫੀਲਡ ਦੇ ਵਿੱਚ ਚੱਲ ਵਧੀਆ ਚੱਲਦਾ ਹੋਵੇ, ਅਤੇ ਸਾਡੇ ਟੀਚਰਸ ਵੀ ਮਤਲਬ ਬਹੁਤ ਫੀਲ ਕਰਵਾਉਂਦੇ ਨੇ ਬੜਾ, ਉਹ ਬੱਚਾ ਜਿਹੜਾ ਕਿ ਪੜ੍ਹਾਈ ਲਈ ਬਹੁਤ ਜ਼ਿਆਦਾ ਤੇਜ਼ ਨਹੀਂ, ਇੰਟੈਲੀਜੈਂਟ ਨਹੀਂ ਹੈਗਾ, ਤਾਂ ਉਹਨੂੰ ਇਗਨੋਰੈਂਟ ਫੀਲ ਹੁੰਦਾ ਆ ਕਲਾਸ ਦੇ ਵਿੱਚ ਹੈ ਨਾ। ਇਹ ਇਕੱਲੇ ਪੇਰੈਂਟਸ ਨਹੀਂ, ਸਾਡੇ ਟੀਚਰਸ ਵੀ ਕਰਦੇ ਨੇ। ਇੱਕ ਮਾਹੌਲ ਹੀ ਐਵੇਂ ਬਣਿਆ ਹੋਇਆ ਗੁਰਦੀਪ ਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਸਿਰਫ ਉਹੀ ਬੱਚੇ ਮਤਲਬ ਚੰਗੇ ਨੇ ਕਲਾਸ ਦੇ ਵਿੱਚ ਜਿਹੜੇ ਚੰਗੀ ਪਰਸੈਂਟੇਜ ਲਿਆਉਂਦੇ ਨੇ ਜਾਂ ਫਿਰ ਜਿਹੜੇ ਬਹੁਤ ਵਧੀਆ ਪੜ੍ਹਦੇ ਨੇ। ਤੁਹਾਨੂੰ ਪਤਾ ਹੈ ਕਿ ਜਦੋਂ ਆਪਣੇ ਨਾਲ ਵੀ ਬਹੁਤ ਸਾਰੇ ਬੱਚੇ ਪੜ੍ਹਦੇ ਆ ਜਿਹੜੇ ਸਪੋਰਟਸ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਜਾਂ ਕਿਸੇ ਕਲਚਰਲ ਐਕਟੀਵਿਟੀਜ਼ ਦੇ ਵਿੱਚ, ਉਹਨਾਂ ਨੂੰ ਵੀ ਕਿਹਾ ਜਾਊ ਵੀ ਪੜ੍ਹ ਲਓ, ਤੁਹਾਡਾ ਇਹਨਾਂ ਚੀਜ਼ਾਂ ਨੇ ਗੁਜ਼ਾਰਾ ਨਹੀਂ ਕਰਨਾ ਹੈ ਨਾ। ਸਿਰਫ ਇੱਕ ਪੜ੍ਹਾਈ ਨੂੰ ਅਸੀਂ ਮੇਨ ਚਲੋ ਬਣਾ ਦਿੰਦੇ ਹਾਂ, ਪਰ ਹਾਂ ਚਲੋ ਪੜ੍ਹਾਈ ਵੀ ਜ਼ਿੰਦਗੀ 'ਚ ਜ਼ਰੂਰੀ ਹੈ, ਪਰ ਜਦੋਂ ਮੁਕਾਬਲੇਬਾਜ਼ੀ 'ਚ ਸਾਨੂੰ ਪਾ ਦਿੱਤਾ ਜਾਂਦਾ ਤਾਂ ਉਹ ਚੀਜ਼ ਫਿਰ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਆ। ਅਤੇ ਉਸ ਤੋਂ ਵੀ ਵੱਡੀ ਗੱਲ ਹੈ ਵੀ ਜਦੋਂ ਅਸੀਂ 10ਵੀਂ ਪਾਸ ਕਰ ਜਾਂਦੇ ਹਾਂ ਹੈ ਨਾ, ਉਦੋਂ ਸਾਡੀ ਚੁਆਇਸ ਹੁੰਦੀ ਆ ਵੀ ਹੋ ਸਕਦਾ ਮੇਰੀ ਚੁਆਇਸ ਹੋਵੇ ਕਿ ਮੈਂ ਅੱਗੇ ਜਾ ਕੇ ਪੇਂਟਰ ਬਣਨਾ ਮੈਂ ਜਾਂ ਜ਼ਿੰਦਗੀ ਦੇ ਵਿੱਚ ਕਲਾਕਾਰ ਬਣਨਾ ਜਾਂ ਕੁਛ ਵੀ। ਪਰ ਜੇ ਤੁਸੀਂ ਆਪਣੇ ਘਰਦਿਆਂ ਅੱਗੇ ਇਹ ਚੀਜ਼ ਕਰੋਗੇ ਤਾਂ ਉਹ ਕਹਿਣਗੇ ਵੀ ਜੇ ਭੁੱਖਾ ਮਰਨਾ ਫਿਰ ਜਿੱਧਰ ਨੂੰ ਮਰਜ਼ੀ ਜਾ, ਨਹੀਂ ਤਾਂ ਫਿਰ ਤੂੰ ਮੈਡੀਕਲ ਲੈ ਲਾ ਜਾਂ ਨੋਨ ਮੈਡੀਕਲ ਹੈ ਨਾ। ਇਹ ਚੀਜ਼ ਮੇਰੇ ਖੁਦ ਨਾਲ ਹੋਈ ਹੈ। ਅੱਛਾ, ਕਿ ਮੈਂ ਜਦੋਂ 10ਵੀਂ ਪਾਸ ਕੀਤੀ ਮੇਰਾ ਲਿਟਰੇਚਰ ਦੇ ਵਿੱਚ ਬਹੁਤ ਇੰਟਰਸਟ ਸੀ, ਮੈਨੂੰ ਇਹ ਸੀਗਾ ਕਿ ਮੈਂ ਮਤਲਬ ਆਰਟਸ ਲਵਾਂ ਅਤੇ ਮੈਂ ਪੰਜਾਬੀ ਦੀ ਐੱਮ ਏ ਕਰਾਂ, ਕਿਉਂਕਿ ਮੈਨੂੰ ਟੀਚਿੰਗ 'ਚ ਵੀ ਇੰਟਰਸਟ ਸੀਗਾ ਹੈ ਨਾ। ਅਤੇ ਮੇਰੇ ਇੱਕ ਮਾਸੀ ਜੀ ਨੇ ਉਹ ਮਤਲਬ ਗਵਰਨਮੈਂਟ ਕਾਲਜ 'ਚ ਪੜ੍ਹਾਉਂਦੇ ਨੇ ਅਤੇ ਉਹ ਸਾਡੇ ਪਰਿਵਾਰ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਉਹ ਸੀਗੇ। ਅੱਛਾ, ਤਾਂ ਜਦੋਂ ਮੈਨੂੰ 10ਵੀਂ ਪਾਸ ਕਰਨ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਹਾਂ ਅੱਗੇ ਕੀ ਕਰਨਾ, ਤਾਂ ਮੈਂ ਉਹਨਾਂ ਨੂੰ ਦੱਸਿਆ ਮੈਂ ਆਰਟਸ ਲੈਣਾ, ਤਾਂ ਉਹ ਮੈਨੂੰ ਕਹਿੰਦੇ ਵੀ ਤੂੰ ਪਾਗਲ ਹੈ, ਤੂੰ ਇੰਟੈਲੀਜੈਂਟ ਹੈ ਤਾਂ ਤੂੰ ਮੈਡੀਕਲ ਲੈ, ਹਾਂਜੀ ਜੇ ਤੂੰ ਮੈਡੀਕਲ ਨਹੀਂ ਲੈਣਾ ਤਾਂ ਤੂੰ ਸਾਰੇ ਮਤਲਬ ਅਕਾਊਂਟਸ ਪੜ੍ਹ, ਇਕਨੋਮਿਕਸ ਪੜ੍ਹ, ਬੈਚਲਰ ਡਿਗਰੀ ਆ ਜਿਹੜੀ ਤੇਰੇ ਚੰਗੇ ਸਬਜੈਕਟਸ ਨਾਲ ਹੋਣੀ ਚਾਹੀਦੀ ਆ ਨਾ। ਉਹਨਾਂ ਦੇ ਚੱਕਰ 'ਚ ਪੈ ਕੇ ਮੈਂ ਨੋਨ ਮੈਡੀਕਲ ਲੈ ਲਿਆ, ਅਤੇ ਤੁਸੀਂ ਮੰਨਣਾ ਨਹੀਂ ਵੀ ਮੇਰਾ ਪਹਿਲਾ ਸਾਲ ਜਿਹੜਾ ਪਲੱਸ ਵਨ ਦਾ ਸੀ ਉਹ ਮੈਂ ਮੈਥ ਨਾਲ ਕਿੱਦਾਂ ਮੱਥਾ ਮਾਰ ਕੇ ਰੋ ਕੇ ਕੱਢਿਆ, ਕਿਉਂਕਿ ਮੇਰਾ ਮੈਥ 'ਚ ਇੰਟਰਸਟ ਹੀ ਨਹੀਂ ਸੀ, ਹਾਂਜੀ ਹੈ ਨਾ। ਫਿਰ ਮੈਂ ਉਹਨੂੰ ਮੈਡੀਕਲ 'ਚ ਚੇਂਜ ਕਰਵਾਇਆ ਅਤੇ ਪਲੱਸ ਟੂ ਮਤਲਬ ਮੈਂ ਇੰਨੀ ਔਖੀ ਕੱਢੀ, ਫਿਰ ਮੈਂ ਆ ਕੇ ਮੁੜ ਕੇ ਗ੍ਰੈਜੂਏਸ਼ਨ 'ਚ ਉਹੀ ਮਤਲਬ ਲਿਟਰੇਚਰ ਪੜ੍ਹਿਆ ਅਤੇ ਅਕਾਊਂਟਸ ਵੀ ਪੜ੍ਹਿਆ, ਇਕਨੋਮਿਕਸ ਵੀ। ਪਰ ਕਿੱਥੇ ਮੈਂ ਇੱਕ ਉਸ ਟਰੈਕ 'ਤੇ ਜਾਣਾ ਸੀ ਜਿਹੜਾ ਮੇਰਾ ਪਸੰਦੀਦਾ ਸੀ ਹੈ ਨਾ, ਕਿੱਥੇ ਰਿਸ਼ਤੇਦਾਰਾਂ ਦੇ ਇੰਪਰੈਸ਼ਨ 'ਚ ਮੈਂ ਉਹ ਖੂਹ 'ਚ ਝਾੜ ਲਾਈ ਜਿਹੜਾ ਮੈਨੂੰ ਚਾਹੀਦਾ ਹੀ ਨਹੀਂ ਸੀ। ਇੱਕ ਚੀਜ਼ ਆ, ਆਪਾਂ ਕਹਿੰਦੇ ਹਾਂ ਕਿ ਬਾਹਰਲੇ ਬੱਚੇ ਇੰਡੀਪੈਂਡੈਂਟ ਹੁੰਦੇ ਨੇ, ਇੰਡੀਪੈਂਡੈਂਟ ਉਹ ਇਸ ਕਰਕੇ ਹੁੰਦੇ ਨੇ ਕਿਉਂਕਿ ਉਹ ਡਿਸੀਜਨ ਮੇਕਰ ਹੁੰਦੇ ਨੇ ਆਪਣੀ ਲਾਈਫ ਦੇ ਬਹੁਤ ਛੋਟੀ ਉਮਰ ਦੇ ਵਿੱਚ ਹੈ ਨਾ। ਉਹਨਾਂ ਨੂੰ ਇਸ ਤਰੀਕੇ ਦੇ ਨਾਲ ਟ੍ਰੇਨ ਕੀਤਾ ਜਾਂਦਾ ਕਿ ਤੁਸੀਂ ਡਿਸੀਜਨ ਖੁਦ ਲਵੋ ਹੈ ਨਾ। ਹੁਣ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਪ੍ਰੈਸ਼ਰ ਦੇ ਵਿੱਚ ਆ ਕੇ ਮੈਡੀਕਲ ਲਿਆ ਨਾ, ਤਾਂ ਸਾਡੇ ਘਰ ਇੱਕ ਕੁੜੀ ਆਈ ਅਤੇ ਉਹ ਮੈਡੀਕਲ ਦੀ ਪੜ੍ਹਾਈ ਕਰਨ ਤੋਂ ਬਾਅਦ ਐਂਟਰੈਂਸ ਇਗਜ਼ਾਮਸ ਦੀ ਤਿਆਰੀ ਕਰ ਰਹੀ ਆ PMT ਦੇ ਲਈ, PMT ਦੇ ਲਈ ਉਹਨਾਂ ਨੇ ਕਰਨਾ ਕੁਆਲੀਫਾਈ। ਅਤੇ ਉਹ ਮੈਨੂੰ ਕਹਿੰਦੇ, ਮੈਂ ਉਹਨੂੰ ਹੱਸਣ ਲੱਗ ਗਈ, ਮੈਂ ਕਿਹਾ ਵੀ ਦੇਖ ਲੈ ਜਦੋਂ ਤੂੰ 10ਵੀਂ ਕੀਤੀ ਸੀ ਤਾਂ ਆਪਣੀ ਕਿੰਨੀ ਗੱਲ ਹੁੰਦੀ ਸੀ ਵੀ ਤੂੰ ਕੀ ਕਰਨਾ ਕੀ ਲੈਣਾ ਨਾ। ਮੈਂ ਕਿਹਾ ਮੈਂ ਹਮੇਸ਼ਾ ਤੈਨੂੰ ਕਹਿੰਦੀ ਨਹੀਂ ਸੀ ਆਰਟਸ ਲੈ ਲਾ, ਆਰਾਮ ਨਾਲ ਪੜ੍ਹ ਵੀ, ਕੋਈ ਇਹਨਾਂ ਬਰਡਨ ਲੈਣ ਦੀ ਲੋੜ ਨਹੀਂ ਹੈਗੀ, ਜੇ ਹਾਂ ਤੇਰਾ ਮਨ ਆ ਫਿਰ ਤੂੰ ਮੈਡੀਕਲ ਜ਼ਰੂਰ ਲੈ ਲਾ ਜੇ ਤੂੰ ਲੱਗਦਾ ਤੂੰ ਕਰ ਸਕਦੀ ਹੈ ਨਾ। ਅਤੇ ਕਹਿੰਦੇ ਨਹੀਂ ਵਧੀਆ ਹੋਇਆ ਵੀ ਮੈਂ ਮੈਡੀਕਲ ਲੈ ਲਿਆ, ਕਹਿੰਦੇ ਭੂਆ ਜੀ ਆਏ ਸੀ ਉਹ ਕਹਿੰਦੇ ਵੀ ਉਹ ਫਲਾਣਿਆਂ ਦੇ ਨਿਆਣਿਆਂ ਨੇ ਕਹਿੰਦੇ ਆਰਟਸ ਲੈ ਲਈ ਆ, ਆਰਟਸ ਲੈ ਕੇ ਬਹਿ ਗਏ ਨੇ ਕਿ ਵੀ ਮੈਡੀਕਲ ਦੇ ਨਾਲ ਪੜ੍ਹਾਈ ਕਰੋ ਹੈ ਨਾ। ਮੈਂ ਕਿਹਾ ਵੀ ਦੇਖ ਇਹ ਗਲਤ ਗੱਲ ਆ। ਹਾਂ, ਕਿ ਤੁਸੀਂ ਰਿਸ਼ਤੇਦਾਰ ਜਦੋਂ ਤੁਹਾਡਾ ਫਿਊਚਰ ਡਿਸਾਈਡ ਕਰਨ ਲੱਗ ਜਾਂਦੇ ਨੇ ਉਹ ਵੀ ਗੱਲ ਹਟ ਕੇ ਆ, ਪਰ ਜਦੋਂ ਤੁਸੀਂ
ਵੀ ਬੱਚੇ ਨੂੰ ਪੁੱਛਦੇ ਨੇ ਹੁਣ 10ਵੀਂ ਦਾ ਬੱਚਾ ਜਿਹੜਾ ਹੁੰਦਾ ਜਦੋਂ ਪਾਸ ਹੁੰਦਾ ਤਾਂ ਆਪਾਂ 16-17 ਸਾਲ ਦੀ ਉਮਰ 'ਚ ਹੁੰਦੇ ਹਾਂ ਤਕਰੀਬਨ ਸਾਡੇ ਅੰਦਰ ਸਾਡੇ ਇੰਟਰਸਟ ਨੇ ਜਿਹੜੇ ਉਹ ਡਿਵੈਲਪ ਹੋ ਚੁੱਕੇ ਹੁੰਦੇ ਆ ਕਿ ਮੈਨੂੰ ਆਹ ਚੀਜ਼ ਚੰਗੀ ਲੱਗਦੀ ਆ ਬਿਲਕੁਲ ਜਦੋਂ ਤੁਹਾਨੂੰ ਪਤਾ ਕਿ ਨਵੇਂ ਨਵੇਂ ਇੱਕ ਨਰਸਿੰਗ ਕਾਲਜ ਆਪਣੇ ਇੱਧਰ ਆਏ ਸੀਗੇ ਹਨਾ ਤਾਂ ਕੁੜੀਆਂ ਨੂੰ ਕਿਸੇ ਨੇ ਵੀ ਕਦੀ ਪੁੱਛਿਆ ਤੱਕ ਨਹੀਂ ਸੀਗਾ ਵੀ ਤੂੰ ਟੀਚਿੰਗ 'ਚ ਜਾਣਾ ਚਾਹੁੰਦੀ ਆ ਜਾਂ ਕੋਈ ਹੋਰ ਤੂੰ ਫੈਸ਼ਨ ਡਿਜ਼ਾਈਨਿੰਗ 'ਚ ਜਾਣਾ ਚਾਹੁੰਦੀ ਆ ਤਾਂ ਸਾਰੇ ਮਤਲਬ ਪੰਜਾਬ ਨੂੰ ਇਹ ਹੋ ਗਿਆ ਸੀ ਵੀ ਸਭ ਨੂੰ ਨਰਸਿੰਗ ਕਰਾ ਦਿਓ ਇਹਦਾ ਬਾਹਰ ਬਹੁਤ ਸਕੋਪ ਆ ਜਾਂ ਇਸ ਚੱਕਰ ਦੇ ਵਿੱਚ ਮੁੰਡੇ ਨੇ ਜਿਹੜੇ ਬਾਹਰਲੇ ਮਿਲ ਜਾਂਦੇ ਆ ਹਨਾ ਵੀ ਅਸੀਂ ਮਤਲਬ ਹਰ ਚੀਜ਼ ਅਸੀਂ ਫੋਰਸਫੁਲੀ ਬੱਚਿਆਂ ਤੋਂ ਕਰਵਾਉਂਦੇ ਹਾਂ ਕਈ ਵਾਰੀ ਤੁਹਾਨੂੰ ਪਤਾ ਵੀ ਤੁਹਾਡਾ ਬੱਚਾ ਕਹੂਗਾ ਵੀ ਮੈਂ ਇਹ ਬਣਨਾ ਆਪਾਂ ਕਹਿੰਦੇ ਨਹੀਂ ਨਹੀਂ ਦੇਖ ਫਲਾਣੇ ਰਿਸ਼ਤੇਦਾਰ ਦਾ ਨਾ ਉਹਨੇ ਆਹ ਪੜ੍ਹਿਆ ਸੀ ਉਹ ਨੌਕਰੀ ਲੱਗ ਗਿਆ ਤੂੰ ਵੀ ਇਹੀ ਪੜ੍ਹ ਲਾ ਹਨਾ ਬਿਲਕੁਲ ਇੱਕ ਜਿਵੇਂ ਜਿਹੜੀ ਨੀਵਾਂ ਦਿਖਾਉਣ ਵਾਲੀ ਗੱਲ ਹੁੰਦੀ ਹੈ ਨਾ ਬੱਚਿਆਂ ਨੂੰ ਇਹ ਹੁੰਦਾ ਜਦੋਂ ਕਿਤੇ ਇਕੱਠ ਵੱਠ ਹੁੰਦਾ ਵਾ ਕਈ ਬੱਚੇ ਮੈਂ ਦੇਖਿਆ ਵਾ ਵੀ ਉਹ ਕਹਿ ਦੇਣਗੇ ਵੀ ਮੈਂ ਨਹੀਂ ਜਾਣਾ ਹੈਗਾ ਵਿਆਹ 'ਤੇ ਹੈ ਨਾ ਉੱਥੇ ਸਾਰੇ ਰਿਸ਼ਤੇਦਾਰ ਹੋਣਗੇ ਕਿਉਂਕਿ ਉਹਨੂੰ ਪਤਾ ਹੁੰਦਾ ਵਾ ਵਿਆਹ 'ਤੇ ਫਿਰ ਰਿਸ਼ਤੇਦਾਰਾਂ 'ਚ ਗੱਲਾਂ ਕੀ ਛੇੜਦੀਆਂ ਨੇ ਉਹ ਪੁੱਛਣਗੇ ਤੂੰ ਕੀ ਪੜ੍ਹਦਾ ਤੂੰ ਕੀ ਕਰਦਾ ਅੱਛਾ ਤੂੰ ਆਰਟਸ ਹੀ ਲੈ ਲਈ ਮਤਲਬ ਇਹ ਨਹੀਂ ਹੈਗਾ ਕਿ ਬਾਕੀ ਸਬਜੈਕਟਸ ਨਹੀਂ ਪੜ੍ਹਨੇ ਚਾਹੀਦੇ ਪਰ ਜਿਹੜਾ ਬੱਚਾ ਆਰਟਸ ਦੇ ਨਾਲ ਆਪਣੀ ਪੜ੍ਹਾਈ ਕਰ ਰਿਹਾ ਵਾ ਹਿਊਮੈਨਿਟੀਜ਼ ਦੇ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਮਤਲਬ ਉਹਨੂੰ ਇੰਨਾ ਨੀਵਾਂ ਨਾ ਦਿਖਾਓ ਹੋ ਸਕਦਾ ਕਿਉਂਕਿ ਜਦੋਂ ਸਿਵਲ ਸਰਵਿਸਿਸ ਦਾ ਟੈਸਟ ਹੁੰਦਾ ਉਦੋਂ ਫਿਰ ਆਰਟਸ ਵਾਲੇ ਬੱਚੇ ਜ਼ਿਆਦਾ ਕੁਆਲੀਫਾਈ ਕਰਦੇ ਨੇ ਹੀ ਤੁਹਾਡੀ ਕਾਊਂਟ ਹੁੰਦੀ ਆ ਬਿਲਕੁਲ ਹਾਂ ਕਿਉਂਕਿ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਹਿਸਟਰੀ ਪਬਲਿਕ ਐਡਮਿਨਿਸਟ੍ਰੇਸ਼ਨ ਪਬਲਿਕ ਰਿਲੇਸ਼ਨ ਇਹ ਸਾਰੇ ਪੜ੍ਹੇ ਹੁੰਦੇ ਨੇ ਹੈ ਨਾ ਇਸ ਕਰਕੇ ਉੱਥੇ ਵੀ ਪਤਾ ਲੱਗਦਾ ਕਿ ਆਰਟਸ ਜਿਹੜੀ ਆ ਉਹਦੀ ਵੀ ਵੈਲਿਊ ਹੈਗੀ ਆ ਨਾ ਅਤੇ ਆਪਾਂ ਕਦੇ ਵੀ ਨਹੀਂ ਸੋਚਦੇ ਵੀ ਜਿਹੜੇ ਇਹ ਸਾਡੇ ਕਮੈਂਟਸ ਨੇ ਵੀ ਅੱਛਾ ਤੂੰ ਆਰਟਸ ਦੇ ਨਾਲ ਹੀ ਕਰ ਲਿਆ ਜਾਂ ਫਿਰ ਤੂੰ ਆਹ ਪੜ੍ਹਾਈ ਨਹੀਂ ਕੀਤੀ ਜਾਂ ਤੂੰ ਉਹ ਕਿਉਂ ਨਹੀਂ ਕੀਤਾ ਜਾਂ ਤੇਰੇ ਨੰਬਰ ਇੰਨੇ ਘੱਟ ਕਿਉਂ ਆਏ ਨੇ ਇੱਕ ਹੋਰ ਚੀਜ਼ ਆ ਵੀ ਜਦੋਂ ਕੁੜੀਆਂ ਮੈਚਿਓਰ ਹੋਣ ਲੱਗ ਜਾਂਦੀਆਂ ਨੇਗੀਆਂ ਹੈ ਨਾ 10ਵੀਂ ਤੱਕ ਆ ਕੇ ਫਿਰ ਬਾਹਰ ਉਹਨਾਂ ਦੇ ਲਈ ਇੱਕ ਹੋਰ ਚਰਚਾ ਸ਼ੁਰੂ ਹੋ ਜਾਂਦੀ ਆ ਵੀ ਇਹ ਰੋਟੀ ਪਾਣੀ ਬਣਾ ਲੈਂਦੀ ਆ ਅਤੇ ਉਹ ਸਾਰੀਆਂ ਚੀਜ਼ਾਂ ਇੱਕ ਬੱਚੇ ਦੇ ਦਿਲ 'ਤੇ ਦਿਮਾਗ 'ਤੇ ਉਹਦੀ ਸਿਹਤ 'ਤੇ ਕੀ ਅਸਰ ਕਰਦੀਆਂ ਹੋਣਗੀਆਂ ਇਹਦੇ ਨਤੀਜੇ ਜਾਣੇ ਬਿਨਾਂ ਹੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖੁਦ ਡਿਸਾਈਡ ਕਰ ਦਿੰਦੇ ਹਾਂ ਬੱਚੇ ਲਈ ਬਹੁਤ ਸਾਰੇ ਇੱਦਾਂ ਦੇ ਅਸੀਂ ਓਪੀਨੀਅਨ ਬਹੁਤ ਸਾਰੇ ਇੱਦਾਂ ਦੇ ਕਮੈਂਟ ਅਸੀਂ ਬੱਚਿਆਂ ਦੇ ਲਈ ਕਰ ਦਿੰਦੇ ਹਾਂ ਵੀ ਜਿਹਦਾ ਸਾਨੂੰ ਪਤਾ ਨਹੀਂ ਹੁੰਦਾ ਵਾ ਵੀ ਇਨਡਾਇਰੈਕਟਲੀ ਡਾਇਰੈਕਟਲੀ ਇਹਦਾ ਬੱਚੇ ਦੀ ਸਿਹਤ ਦੇ ਉੱਪਰ ਕੀ ਅਸਰ ਜਾਣਾ ਆ ਗੁਰਦੀਪ ਦੋ ਤਿੰਨ ਚੀਜ਼ਾਂ ਦੇ ਨਾ ਮਤਲਬ ਬਹੁਤ ਖਤਰਨਾਕ ਨਤੀਜੇ ਨਿਕਲਦੇ ਹੁੰਦੇ ਆ ਇੱਕ ਤਾਂ ਉਹ ਵੀ ਜਿਹੜੀ ਚੀਜ਼ ਦਾ ਟ੍ਰੈਂਡ ਚੱਲ ਪਿਆ ਹਨਾ ਵੀ ਟ੍ਰੈਂਡ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਨਰਸਿੰਗ ਕਾਲਜ ਜਦੋਂ ਆਏ ਤਾਂ ਫਿਰ ਇਹੀ ਚੱਲ ਪਿਆ ਵੀ ਹਰੇਕ ਕੁੜੀ ਨੂੰ ਨਰਸਿੰਗ ਈਵਨ ਕਿ ਸਾਡੇ ਪਿੰਡਾਂ ਦੇ ਵਿੱਚ 30-35 ਕੁੜੀਆਂ ਇੱਕ ਸਾਲ ਦੇ ਵਿੱਚ ਉਸ ਸਮੇਂ ਨਰਸਿੰਗ ਕਰ ਰਹੀਆਂ ਸੀਗੀਆਂ ਹਨਾ ਕਿਉਂਕਿ ਸਾਡੇ ਲੁਧਿਆਣੇ 'ਚ ਬਹੁਤ ਇਹ ਚੀਜ਼ ਚੱਲੀ ਸੀਗੀ ਜੀ ਦੂਜੀ ਗੱਲ ਸਾਡਾ ਵੀ ਬਿਲਕੁਲ ਅਤੇ ਦੂਜੀ ਚੀਜ਼ ਮੈਨੂੰ ਲੱਗਦੀ ਹੁੰਦੀ ਜਿਵੇਂ ਹੁਣ ਪਹਿਲਾਂ ਤਾਂ ਚਲੋ ਘਰਾਂ 'ਚ ਕਈ ਬੱਚੇ ਹੁੰਦੇ ਸੀ ਹੁਣ ਸਿਰਫ ਚਾਹੇ ਦੋ ਬੱਚੇ ਹੀ ਹੋਣ ਹਨਾ ਮੰਨ ਲਓ ਆਪਣੇ ਘਰ 'ਚ ਇੱਕ ਬੱਚਾ ਸ਼ਰਾਰਤੀ ਆ ਦੂਜਾ ਥੋੜ੍ਹਾ ਸ਼ਾਂਤ ਸੁਭਾਅ ਦਾ ਇੱਕੋ ਜਿਹੇ ਸੁਭਾਅ ਦੇ ਬੱਚੇ ਨਹੀਂ ਨਾ ਹੋ ਸਕਦੇ ਅਤੇ ਫਿਰ ਘਰ ਦੇ ਇਹ ਨਹੀਂ ਦੇਖਦੇ ਹੁੰਦੇ ਵੀ ਹੋ ਸਕਦਾ ਜਿਹੜਾ ਸ਼ਰਾਰਤੀ ਆ ਉਹ ਪੜ੍ਹਨ 'ਚ ਚੰਗਾ ਜਾਂ ਉਹ ਘਰ ਦੇ ਕੰਮ ਕਰਾਉਣ 'ਚ ਚੰਗਾ ਜਾਂ ਉਹ ਕਿਸੇ ਮੁਸੀਬਤ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਸਕਦਾ ਅਤੇ ਜਿਹੜਾ ਸ਼ਾਂਤ ਰਹਿੰਦਾ ਉਹ ਡਰਪੋਕ ਹੈ ਨੇਚਰ ਵਾਈਜ਼ ਜਾਂ ਕੁਛ ਵੀ ਤਾਂ ਸਾਡੀ ਜਿਹੜੀ ਕਾਬਲੀਅਤ ਆ ਉਹ ਇਹੀ ਬਣਾ ਦਿੱਤੀ ਜਾਂਦੀ ਆ ਵੀ ਦੇਖ ਇਹ ਬਿਲਕੁਲ ਸ਼ਰਾਰਤ ਨਹੀਂ ਕਰਦਾ ਦੇਖ ਇਹ ਬਿਲਕੁਲ ਕਿੰਨਾ ਸ਼ਾਂਤ ਰਹਿੰਦਾ ਹੈ ਹਨਾ ਮਤਲਬ ਅਸੀਂ ਸਿਰਫ ਉਹਦੀਆਂ ਸ਼ਰਾਰਤਾਂ ਨੂੰ ਦੇਖ ਕੇ ਉਹਦੀਆਂ ਬਾਕੀ ਕੁਆਲਿਟੀਜ਼ ਨੇ ਜਿਹੜੀਆਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਫਿਰ ਕੀ ਲੱਗਦਾ ਅਸੀਂ ਭੈਣ ਭਰਾਵਾਂ ਨੂੰ ਵੀ ਕੰਪੀਟੀਟਰ ਬਣਾ ਦਿੰਦੇ ਹਾਂ ਹਾਂ ਬਿਲਕੁਲ ਜਿਵੇਂ ਹੁਣ ਮੇਰੀ ਬੇਟੀ ਆ ਭੈਣੇ ਉਹ ਬਹੁਤ ਜ਼ਿਆਦਾ ਸ਼ਰਾਰਤੀ ਆ ਹਨਾ ਅਤੇ ਕਈ ਵਾਰ ਤਾਂ ਜਿਹੜੇ ਲੋਕ ਚਲੋ ਉਸ ਚੀਜ਼ ਨੂੰ ਸਮਝਦੇ ਨੇ ਵੀ ਬੱਚਾ ਕੋਈ ਵੱਧ ਐਕਟਿਵ ਹੁੰਦਾ ਜਾਂ ਕੋਈ ਵੱਧ ਜ਼ਿਆਦਾ ਸ਼ਰਾਰਤੀ ਹੁੰਦਾ ਆ ਜਾਂ ਕੋਈ ਘੱਟ ਸ਼ਰਾਰਤੀ ਹੁੰਦਾ ਹਰ ਇੱਕ ਬੱਚੇ ਦਾ ਇੱਕ ਆਪਣੀ ਨੇਚਰ ਹੁੰਦੀ ਆ ਹੈ ਨਾ ਅਸੀਂ ਉਹ ਨੇਚਰ ਨਹੀਂ ਸਮਝਦੇ ਕਈ ਵਾਰ ਅਸੀਂ ਐਵੇਂ ਫਾਲਤੂ ਜਿਹਾ ਕਮੈਂਟ ਕਰ ਦਿੰਦੇ ਹਾਂ ਅੱਛਾ ਇਹ ਤਾਂ ਬਹੁਤ ਸ਼ਰਾਰਤਾਂ ਕਰਦੀ ਆ ਇਹ ਤਾਂ ਬਹੁਤ ਜ਼ਿਆਦਾ ਸ਼ਰਾਰਤਾਂ ਕਰਦਾ ਵਾ ਉਹ ਨਹੀਂ ਸੀ ਐਂ ਕਰਦਾ ਜੇ ਸਾਡਾ ਜਿਹੜਾ ਬੱਚਾ ਉਹ ਨਹੀਂ ਸੀ ਇੱਦਾਂ ਉਹ ਬਹੁਤ ਸ਼ਾਂਤ ਹੁੰਦਾ ਸੀ ਉਹਨੇ ਨਹੀਂ ਸੀ ਕਦੇ ਤੰਗ ਕੀਤਾ ਹਰ ਬੱਚੇ ਦੀ ਆਪਣੀ ਨੇਚਰ ਹੁੰਦੀ ਆ ਹੈ ਨਾ ਅਸੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਾਂ ਬੰਦੇ ਨੂੰ ਐਜ਼ ਇਟ ਇਜ਼ ਕਿਉਂ ਨਹੀਂ ਐਕਸੈਪਟ ਕਰਦੇ ਹੈਗੇ ਹੈ ਨਾ ਕਿਉਂਕਿ ਹੁਣ ਮੰਨ ਲਓ ਜਿਹੜੀਆਂ ਕੁਆਲਿਟੀਜ਼ ਖੂਬੀਆਂ ਤੁਹਾਡੇ 'ਚ ਨੇਗੀਆਂ ਉਹ ਮੇਰੇ 'ਚ ਨਹੀਂ ਹੋਣਗੀਆਂ ਜਿਹੜੀਆਂ ਮੇਰੇ 'ਚ ਨੇਗੀਆਂ ਉਹ ਸ਼ਾਇਦ ਤੁਹਾਡੇ 'ਚ ਨਾ ਹੋਣ ਹੈ ਨਾ ਜੇ ਮੈਂ ਕਹਾਂ ਵੀ ਨਹੀਂ ਮੈਂ ਤਾਂ ਆਹ ਚੀਜ਼ ਮੈਂ ਤਾਂ ਕੁਕਿੰਗ ਬਹੁਤ ਵਧੀਆ ਕਰ ਲੈਂਦੀ ਜੇ ਮੈਂ ਕਹਾਂ ਵੀ ਨਹੀਂ ਤੁਸੀਂ ਤਾਂ ਮਤਲਬ ਕੁਕਿੰਗ ਨਹੀਂ ਤੁਹਾਨੂੰ ਆਉਂਦੀ ਤਾਂ ਮਤਲਬ ਤੁਹਾਡਾ ਵਜੂਦ ਹੀ ਕੋਈ ਨਹੀਂ ਹੈ ਨਾ ਜਦ ਤੁਸੀਂ ਮੈਨੂੰ ਕਹੋ ਵੀ ਗੁਰਦੀਪ ਮੇਰੇ ਤਾਂ ਅਕੈਡੈਮਿਕ ਬਹੁਤ ਵਧੀਆ ਸੀਗੇ ਮੈਂ ਤਾਂ ਇੰਨੇ ਪਰਸੈਂਟੇਜ ਦੇ ਨਾਲ ਆਪਣੀ ਗ੍ਰੈਜੂਏਸ਼ਨ ਜਾਂ ਮਾਸਟਰ ਕੰਪਲੀਟ ਕੀਤੀ ਆ ਨਾ ਵੀ ਤੁਹਾਡੇ ਤਾਂ 40% ਹੀ ਸੀਗੇ ਮਤਲਬ ਵੀ ਤੁਹਾਡਾ ਤਾਂ ਹੈ ਨਹੀਂ ਕੁਛ ਬਣ ਹੀ ਨਹੀਂ ਸਕਦਾ
ਜਿਵੇਂ ਕਹਿੰਦੇ ਕਿ ਹਰ ਬੰਦੇ ਦੀ ਇੱਕ ਆਪਣੀ ਆਈਡੈਂਟੀ, ਇੱਕ ਆਪਣਾ USP ਪੁਆਇੰਟ ਹੁੰਦਾ, ਇੱਕ ਆਪਣੀ ਨੇਚਰ ਹੁੰਦੀ ਆ। ਅਸੀਂ ਮਤਲਬ ਉਹਨਾਂ ਚੀਜ਼ਾਂ ਨੂੰ ਐਜ਼ ਇਟ ਇਜ਼ ਐਕਸੈਪਟ ਨਹੀਂ ਕਰਦੇ, ਅਸੀਂ ਹਮੇਸ਼ਾ ਹਰ ਇੱਕ ਚੀਜ਼ ਦੇ ਵਿੱਚ ਇੱਕ ਕੰਪੈਰੀਜ਼ਨ ਲਿਆ ਕੇ ਖੜ੍ਹਾ ਕਰ ਦਿੰਦੇ ਹਾਂ ਨਾ। ਹੁਣ ਮੇਰੀ ਬੇਟੀ, ਉਹਨੂੰ ਅਸੀਂ ਮੈਨੂੰ ਹੁੰਦਾ ਕਿ ਜ਼ਿਆਦਾਤਰ ਇਹ ਘਰੇ ਰਹੇ, ਸਾਡੀ ਕੰਪਨੀ ਦੇ ਵਿੱਚ ਰਹੇ, ਕਿਉਂਕਿ ਇਹ ਜਿਵੇਂ ਦੀ ਵੀ ਹੈਗੀ ਆ ਇਹ ਉਵੇਂ ਦੀ ਹੀ ਰਹੇ। ਕੱਲ੍ਹ ਨੂੰ ਬਾਹਰ ਜਾ ਕੇ ਅਸੀਂ ਉਹਨੂੰ ਸੋਸ਼ਲ ਕਰਦੇ ਹਾਂ, ਪਰ ਮੈਂ ਚਾਹੁੰਦੀ ਹੁੰਦੀ ਹਾਂ ਕੋਈ ਫਾਲਤੂ ਦਾ ਕਮੈਂਟ ਨਾ ਸਾਡੇ ਦਿਮਾਗ 'ਤੇ ਅਸਰ ਕਰੇ, ਨਾ ਹੀ ਜਿਵੇਂ ਜਿਵੇਂ ਉਹਨੇ ਵੱਡੀ ਹੋਣਾ ਨਾ ਹੀ ਉਹਦੇ ਦਿਮਾਗ 'ਤੇ ਅਸਰ ਕਰੇ। ਕਿਉਂਕਿ ਬਾਹਰ ਜਾ ਕੇ ਜੇ 10 ਜਣਿਆਂ ਨੇ ਕਹਿਤਾ ਜਾਂ 5-7 ਜਣਿਆਂ ਨੇ ਵੀ ਕਹਿਤਾ ਤਾਂ ਬਹੁਤ ਸ਼ਰਾਰਤੀ ਆ, ਇਹ ਬਹੁਤ ਸ਼ਰਾਰਤੀ, ਇਹਨੂੰ ਤੁਸੀਂ ਐਂ ਕਰਿਆ ਕਰੋ, ਇਹਨੂੰ ਤੁਸੀਂ ਐਂ ਕਰੋ, ਕਿਤੇ ਨਾ ਕਿਤੇ ਤੁਹਾਡੇ ਵੀ ਦਿਮਾਗ 'ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ। ਤਾਂ ਉਹ ਜਿਹੜੇ ਕਮੈਂਟ ਨੇਗੇ ਤਾਂ ਉਹਨਾਂ ਨੂੰ ਸੁਣ ਸੁਣ ਕੇ, ਉਹ ਗੱਲਾਂ ਸੁਣ ਸੁਣ ਕੇ ਨਾ ਤੁਸੀਂ ਆਪਦੇ ਬੱਚੇ ਨੂੰ ਉੱਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਵੀ ਨਹੀਂ ਇਹ ਇੱਦਾਂ ਦਾ ਹੋਣਾ ਚਾਹੀਦਾ, ਵੀ ਹਰ ਇੱਕ ਨੂੰ ਪਸੰਦ ਆਵੇ, ਹਰ ਕੋਈ ਇਹਦੇ ਬਾਰੇ ਚੰਗਾ ਬੋਲੇ, ਹੈ ਨਾ। ਤਾਂ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਵੀ ਨਹੀਂ ਇਹ ਜਿਵੇਂ ਹੈਗੇ ਇਹਨੂੰ ਇਹਦੀ ਸਪੇਸ ਦੇ ਵਿੱਚ ਹੀ ਹੈ ਨਾ ਵੱਡੇ ਹੋਣਾ ਚਾਹੀਦਾ। ਬਿਲਕੁਲ ਗੁਰਦੀਪ, ਇਹੀ ਚੀਜ਼ਾਂ ਨੇ ਜਿਵੇਂ ਆਪਾਂ ਕਹਿੰਦੇ ਹਾਂ ਵੀ ਦੋ ਬੱਚੇ ਨੇ ਸਾਨੂੰ ਉਹਨਾਂ ਦੀ ਅਲੱਗ ਅਲੱਗ ਨੇਚਰ ਨਹੀਂ ਸਮਝ ਆਉਂਦੀ ਹੈਗੀ, ਵੀ ਇਹ ਇੱਕ ਬੱਚਾ ਅਲੱਗ ਤਰ੍ਹਾਂ ਦਾ, ਇੱਕ ਅਸੀਂ ਦੋਨਾਂ ਨੂੰ ਇੱਕੋ ਜਿਹੇ ਬਣਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਹਾਂ, ਹੈ ਨਾ। ਫਿਰ ਕੀ ਹੈ, ਜਦੋਂ ਅਸੀਂ ਇੱਕ ਦੇ ਸਾਹਮਣੇ ਦੂਜੇ ਦੀ ਤਾਰੀਫ ਕਰਦੇ ਹਾਂ ਤਾਂ ਉਹ ਜਿਹੜਾ ਆਲਰੇਡੀ ਜਿਵੇਂ ਆਪਾਂ ਕਹੀਏ ਸ਼ਰਾਰਤੀ ਹੈ ਜਾਂ ਉਹ ਉਨਾ ਸ਼ਾਂਤ ਨਹੀਂ ਰਹਿ ਸਕਦਾ ਤਾਂ ਉਹ ਹੋਰ ਇਰੀਟੇਟ ਹੁੰਦਾ। ਤੁਸੀਂ ਇਸ ਚੀਜ਼ ਨੂੰ ਇਨ ਫਿਊਚਰ ਨੋਟਿਸ ਕਰੋਗੇ ਕਿ ਉਹ ਬੱਚਾ ਨਾ ਮਤਲਬ ਤੁਹਾਨੂੰ ਹੋਰ ਤਰੀਕੇ ਨਾਲ ਬਿਹੇਵ ਕਰਨ ਲੱਗ ਜਾਂਦਾ, ਹੈ ਨਾ। ਹਾਂ ਬਿਲਕੁਲ, ਜੇ ਘਰ ਦੇ ਵਿੱਚ ਵੀ ਜੋ ਤੁਸੀਂ ਦੋ ਬੱਚਿਆਂ ਦਾ ਕੰਪੈਰੀਜ਼ਨ ਕਰਦੇ ਹੋ, ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਬੇਟੀ ਆਪਦੇ ਲਈ ਸਟੈਂਡ ਲੈਣ ਵਾਲੀ ਹੈ, ਤੁਹਾਡਾ ਬੇਟਾ ਥੋੜ੍ਹਾ ਜਿਹਾ ਭੋਲਾ, ਹੈ ਨਾ। ਬਿਲਕੁਲ, ਜਦੋਂ ਅਤੇ ਉਹ ਜਦੋਂ ਤੁਸੀਂ ਦੋਨਾਂ ਦੇ ਸਾਹਮਣੇ ਉਹਨਾਂ ਦੋਨਾਂ ਦਾ ਇੱਕ ਕੰਪੈਰੀਜ਼ਨ ਕਰੋਗੇ ਵੀ ਦੇਖ ਦੀਦੀ ਇੱਦਾਂ ਕਰਦੀ ਆ, ਜਾਂ ਤੁਸੀਂ ਮਹਿਤਾਬ ਨੂੰ ਕਹੋਗੇ ਕਿ ਗੁਰਨੂਰ ਨੂੰ ਤੁਸੀਂ ਕਹੋਗੇ ਦੇਖ ਮਹਿਤਾਬ ਕਿੰਨਾ ਜ਼ਿਆਦਾ ਸਾਊ ਆ, ਹੈ ਨਾ, ਜਾਂ ਤੂੰ ਵੀ ਇੱਦਾਂ ਰਿਹਾ ਕਰ, ਤਾਂ ਕਿਤੇ ਨਾ ਕਿਤੇ ਦੋਨਾਂ ਬੱਚਿਆਂ ਦੇ ਦਿਲ 'ਚ ਵੀ ਇੱਕ ਦੂਜੇ ਦੇ ਲਈ ਇੱਕ ਕਲੈਸ਼ ਜਾਂ ਸਾਇਲੈਂਟ ਵਾਰ ਚੱਲਣ ਲੱਗ ਜਾਂਦੀ ਹੈ, ਹੈ ਨਾ। ਹੁਣ ਗੁਰਦੀਪ, ਇਹੀ ਚੀਜ਼ ਜਿਵੇਂ ਆਪਾਂ ਦੋ ਬੱਚਿਆਂ ਦੀ ਉਹ ਗੱਲ ਕਰ ਰਹੇ ਹਾਂ, ਕਈ ਵਾਰੀ ਤੁਸੀਂ ਦੇਖਿਓ ਇੱਕ ਬੱਚਾ ਸਟੱਡੀ 'ਚ ਬਹੁਤ ਵਧੀਆ ਹੋ, ਦੂਜਾ ਬੱਚਾ ਪੇਂਟਿੰਗ ਇੰਨੀ ਸੋਹਣੀ ਕਰਦਾ ਹੁੰਦਾ ਜਾਂ ਫਿਰ ਉਹਨੂੰ ਘਰ ਬਹੁਤ ਚੰਗੀ ਤਰੀਕੇ ਨਾਲ ਸੰਭਾਲਣਾ ਆਉਂਦਾ ਹੁੰਦਾ, ਹੈ ਨਾ। ਪਰ ਅਸੀਂ ਕੀ ਕਰਦੇ ਹਾਂ, ਜਿਵੇਂ ਜਦੋਂ ਛੋਟੇ ਹੋਣਗੇ ਸਿਰਫ ਅਸੀਂ ਉਦੋਂ ਕਹੀ ਜਾਵਾਂਗੇ ਵੀ ਸਟੱਡੀ ਸਭ ਤੋਂ ਪਹਿਲੀ ਪ੍ਰੈਫਰੈਂਸ ਹੋਣੀ ਚਾਹੀਦੀ ਆ, ਹੈ ਨਾ। ਚਾਹੇ ਮੈਂ ਜਿਵੇਂ ਇੱਕ ਵਾਰੀ ਜਸਵੰਤ ਸਰ ਨੂੰ ਮਿਲੀ ਤਾਂ ਉਹ ਮੈਨੂੰ ਕਹਿੰਦੇ ਵੀ ਅੱਜ ਕੱਲ੍ਹ ਹਰ ਬੰਦਾ ਕਹਿ ਦਿੰਦਾ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਉਹ ਨਲਾਇਕ ਆ, ਹੈ ਨਾ। ਵੀ ਚਾਹੇ ਤੁਸੀਂ ਮੈਥ 'ਚ ਉਸਦੀ ਬਜਾਏ ਕਿੰਨੇ ਚੰਗੇ ਹੋਵੋ, ਕਿਸੇ ਹੋਰ ਸਬਜੈਕਟ 'ਚ ਕਿੰਨੇ ਜ਼ਿਆਦਾ ਚੰਗੇ ਹੋਵੋ, ਹੈ ਨਾ। ਉਹ ਕਹਿੰਦੇ ਵੀ ਜੇ ਮੈਨੂੰ ਪੰਜਾਬੀ ਆ ਜਿਹੜੀ ਉਹ ਉਹਦੇ ਵਿੱਚ ਸਾਇੰਸ ਪੜ੍ਹਾਈ ਜਾਂਦੀ, ਮੈਂ ਅੱਜ ਟੌਪ ਦਾ ਸਾਇੰਟਿਸਟ ਹੁੰਦਾ। ਅਤੇ ਕਈ ਵਾਰੀ ਬੱਚੇ ਕੀ ਹੁੰਦੇ ਨੇ, ਉਹਨਾਂ ਨੂੰ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਜਿਹੜੀ ਥਰੈਟੀਕਲ ਪੜ੍ਹਾਈ ਆ ਉਹਦੇ 'ਚ ਉਹ ਬਹੁਤ ਇੰਟੈਲੀਜੈਂਟ, ਉਹ ਪ੍ਰੈਕਟੀਕਲ 'ਚ ਇੰਨੇ ਚੰਗੇ ਹੁੰਦੇ ਨੇ। ਜਿਵੇਂ ਮੈਂ ਉਸ ਦਿਨ ਤੁਹਾਨੂੰ ਇੱਕ ਗੱਲ ਸੁਣਾ ਰਹੀ ਸੀ ਵੀ ਸਾਡੇ ਕੋਈ ਐਵੇਂ ਦੇ ਨੇ ਜਿਹੜੇ ਜੋ ਸਟੱਡੀ 'ਚ ਨਹੀਂ ਵਧੀਆ ਪਰ ਘਰ ਦੀ ਹਰ ਚੀਜ਼ ਉਹਨਾਂ ਨੂੰ ਸਵਾਰ ਨਹੀਂ ਆਉਂਦੀ, ਹੈ ਨਾ। ਅਤੇ ਐਵੇਂ ਦੇ ਲੋਕਾਂ ਨੂੰ ਜੇ ਸਿਰਫ ਪ੍ਰੈਕਟੀਕਲੀ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਤਾਂ ਮੈਨੂੰ ਲੱਗਦਾ ਵੀ ਉਹ ਟੌਪ ਦੇ ਇੰਜੀਨੀਅਰ ਹੁੰਦੇ ਹਨ। ਮੇਰੇ ਨਾ ਚਾਚੇ ਦਾ ਮੁੰਡਾ ਅਮੈਰੀਕਾ ਰਹਿੰਦੇ ਨੇ ਉਹ, ਅਤੇ ਜਦੋਂ 2 ਸਾਲ ਪਹਿਲਾਂ ਇੰਡੀਆ ਆਇਆ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਕੀ ਬਣਨਾ, ਕਹਿੰਦਾ ਮੈਂ ਐਰੋਨੈਟੀਕਲ ਇੰਜੀਨੀਅਰ ਬਣੂੰਗਾ। ਮੈਨੂੰ ਪਤਾ ਨਹੀਂ ਸੀਗਾ ਐਗਜੈਕਟ ਵੀ ਹੁੰਦੇ ਕੀ ਨੇ, ਅਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕੀ ਹੁੰਦੇ, ਫਿਰ ਮੈਨੂੰ ਉਹਨੇ ਸਮਝਾਇਆ। ਹੁਣ ਉਹ ਇਕਡੈਮਿਕਸ ਦੇ ਵਿੱਚ ਉਹਦੇ ਗ੍ਰੇਡ ਕਈ ਵਾਰ ਤਾਂ ਬਹੁਤ ਵਧੀਆ ਆ ਜਾਂਦੇ ਨੇ, ਜੇ ਉਹਦੇ ਘਰੋਂ ਥੋੜ੍ਹਾ ਜਿਹਾ ਉਹਨੂੰ ਗਾਲਾਂ ਗੁਲਾਂ ਪਈਆਂ ਹੋਣ ਜਾਂ ਥੋੜ੍ਹਾ ਪੁਸ਼ ਕੀਤਾ ਹੋਵੇ, ਜੇ ਨਾ ਕਰਨ ਉਹ ਤਾਂ ਉਹਦੇ ਗ੍ਰੇਡ ਢਿੱਲੇ ਹੀ ਰਹਿੰਦੇ ਨੇਗੇ, ਹੈ ਨਾ। ਪਰ ਮੈਂ ਕਹਿੰਦੀ ਉਹ 13 ਸਾਲ ਦਾ ਆ, ਹੈ ਨਾ, ਕਿਹੜੀ ਇਹੋ ਜਿਹੀ ਇਲੈਕਟ੍ਰੋਨਿਕ ਚੀਜ਼ ਆ ਜਿਹੜੀ ਉਹਨੂੰ ਘਰ ਦੀ ਨਹੀਂ ਠੀਕ ਕਰਨੀ ਆਉਂਦੀ, ਹੈ ਨਾ। ਇੱਥੇ ਸਾਡੇ ਕੋਲ ਆਇਆ, ਸਾਲ ਹੋ ਗਿਆ ਸੀ ਸਾਡਾ PC ਬੰਦ ਪਏ ਨੂੰ, ਮੈਂ ਕਹਿੰਦੀ ਉਹਨੇ ਸਵੇਰ ਤੋਂ ਸ਼ਾਮ ਹੋ ਗਈ ਉਹ ਓਨੀ ਦੇਰ ਤੱਕ PC 'ਤੇ ਬੈਠਾ ਰਿਹਾ ਜਿੰਨੀ ਦੇਰ ਤੱਕ ਉਹ ਚੱਲਿਆ ਨਹੀਂ ਹੈਗਾ। ਅਤੇ ਫਿਰ ਉਹਨੇ ਕਿਹਾ ਵੀ ਵੀਰੇ ਇਹ ਮੈਂ ਚਲਾਤਾ, ਤਾਂ ਕਈ ਵਾਰ ਮੈਨੂੰ ਐਂ ਹੁੰਦਾ ਵੀ ਉਹ ਉਸ ਏਜ 'ਚੋਂ ਨਾ ਛੇਤੀ ਨਿਕਲ ਜਾਵੇ, ਜਿੱਥੇ ਉਹਦੇ 'ਤੇ ਜਿਹੜੇ ਦੂਜੇ ਕਮੈਂਟਸ ਹੁੰਦੇ ਨੇ ਤੂੰ ਪੜ੍ਹਦਾ ਨਹੀਂ ਤੂੰ ਧਿਆਨ ਨਹੀਂ ਦਿੰਦਾ, ਵੀ ਉਹਨਾਂ ਦਾ ਅਸਰ ਹੋਣੋਂ ਹਟ ਜਾਵੇ। ਅਸਲ ਦੇ ਵਿੱਚ ਜਿਹੜੀ ਉਹਦੀ ਸਪੈਸ਼ਲਿਟੀ ਆ, ਜਿਹੜਾ ਉਹਦੇ ਅੰਦਰ ਇੱਕ ਯੂਨੀਕ ਪੁਆਇੰਟ ਆ, ਉਹ ਉਸ ਚੀਜ਼ ਦੇ ਉੱਪਰ ਜ਼ਿਆਦਾ ਧਿਆਨ ਦੇਵੇ। ਮਾਂ ਪਿਓ ਨੂੰ ਵੀ ਇਹ ਚੀਜ਼ਾਂ ਮਤਲਬ ਸੋਚ ਕੇ ਹੀ ਬੱਚਿਆਂ ਨੂੰ ਪਾਲਣਾ ਚਾਹੀਦਾ, ਵੀ ਹਰ ਬੱਚਾ ਜਿਹੜਾ ਉਹ ਫਸਟ ਆਉਣ ਵਾਲਿਆਂ ਨਹੀਂ ਹੁੰਦਾ, ਹਰ ਬੱਚੇ ਦੇ ਗ੍ਰੇਡ ਆ ਜਿਹੜੇ ਉਹ ਗਵਾਂਢੀਆਂ ਦੇ ਬੱਚੇ ਜਿੰਨੇ ਨਹੀਂ ਆ ਸਕਦੇ। ਅਤੇ ਦੂਜੀ ਗੱਲ ਘਰ 'ਚ ਚਾਹੇ 1 ਜਾਂ 2 ਜਾਂ 3 ਬੱਚੇ ਨੇ, ਉਹਨਾਂ ਦਾ ਸੁਭਾਅ ਜਿਹੜਾ ਅਲੱਗ ਅਲੱਗ ਹੋਊ, ਉਹਨਾਂ ਦੀਆਂ ਆਦਤਾਂ ਅਲੱਗ ਅਲੱਗ ਹੋਣਗੀਆਂ, ਉਹਨਾਂ ਦੀ ਇੰਟੈਲੀਜੈਂਸੀ ਅਲੱਗ ਅਲੱਗ ਹੋਊਗੀ, ਹੈ ਨਾ। ਵੀ ਇੰਟੈਲੀਜੈਂਸੀ ਦਾ ਮਤਲਬ ਇਹੀ ਨਹੀਂ ਹੁੰਦਾ ਵੀ ਉਹ ਸਟੱਡੀ ਦੇ ਵਿੱਚ ਜਿਹੜਾ ਫਸਟ ਆ ਤਾਂ ਉਹੀ ਇੰਟੈਲੀਜੈਂਟ ਹੋਇਆ। ਦੂਜੀ ਗੱਲ ਹੈ ਕਿ ਕਮ ਸੇ ਕਮ 10ਵੀਂ ਤੋਂ ਬਾਅਦ ਉਹਨੂੰ ਜ਼ਰੂਰ ਪੁੱਛੋ ਵੀ ਮੈਂ ਤੈਨੂੰ ਜੇ ਡਾਕਟਰ ਬਣਾਉਣਾ ਚਾਹੁੰਦਾ, ਕਿਤੇ ਤੂੰ ਇੰਜੀਨੀਅਰ ਤਾਂ ਨਹੀਂ ਬਣਨਾ ਚਾਹੁੰਦਾ, ਕਿਤੇ ਤੂੰ ਬੈਂਕਰ ਤਾਂ ਨਹੀਂ ਬਣਨਾ ਚਾਹੁੰਦਾ, ਹੈ ਨਾ। ਜਾਂ ਇਹ ਵੀ ਚੋਇਸ ਹੋ ਸਕਦੀ ਹੈ ਵੀ ਉਹ
इस तो अगे स्टडी नहीं करना चाहता, जिमें आप विपुल नू देखिया सी कि वह एक बहुत चंगा शैफ हो सकता, उहदे च वह चंगा पेंटर हो सकता, जां हुण तां इह वी एक चंगा गीतकार गायक भी हो सकता है ना। पर असीं कहिंदे लै तो धक्के खाण वाले काम ने, तू पहला चंगा डॉक्टर बन जा फिर जो मर्जी बनता रहे। हाँ बिल्कुल, ये कुछ जरूरी चीज़ा ने जिन्हां दे उपर आपां कदें नहीं ध्यान देंगे, ज कभी भी उस चीज़ को सोचते नहीं है भी साड़ी एक कही गल जां साड़ा कीता एक कमेंट जां फिर आपके बच्चे दे नाल कीता कंपैरिजन साड़ा, वो बच्चे दे दिल दिमाग ते की असर करता होगा। तो एक होर गल कह के चलो आप प्रोग्राम समाप्त करते हैं। भैनी कई बार मैं देखा भी कई पेरेंट्स अपने बच्चों की बहुत ज़्यादा वड़ियाई करते हैं जो सोशल सर्कल के बैठे होंगे ने, है ना, तो वह भी बहुत गलत चीज़ आ, है ना, क्योंकि जो तुम अपने बच्चे की बहुत ज़्यादा एक फौज आ रही है उधरों तो मैं लगता आप सेफली निकल जाएंगे तो जो तुम आपके बच्चे की बहुत ज़्यादा वड्याई कर रहे होने सोशल सोसाइटी के बैठ के, है ना, सोशली बैठ के, तो जिहड़े उत्थे होर माँ बाप बैठे होंगे ने किते ना किते फिर वो भी प्रैशर दे विच आ जाते हैं कि असी भी अपने बच्चे की इदा गल करनी है, साडे बच्चे बारे भी लोग सुन के इन्ना ही चंगा महसूस कर उन्होंने बारे इन्ना चंगा बोलन, तो उन्होंने भी इन्ना वर्गी हो जाना चाहिए। थोड़े बच्चे लायक ने, वो चीज़ तुसी अपने घर तक तो अपने बच्चों तक ही सीमित करो, मतलब ओदी उन्हां दी वड़ाई है जिहड़ी वो सोशल सर्कल्स दे विच जाके ना करो, है ना, मैं जिवें दा तुहाडा बच्चा गुरदीप उहनूं ओवें ही एक्सैप्ट करो, है ना, उहनूं किसे प्रैशर च ना रखो भी तू फलाने दी तरह देख के ये बन जा जां फिर फलाना ये बन गया तेरे लिए भी हुण इक सिर ते बहुत वड्डा भार पाता भी तू भी ये बनना चाहीदा, है ना। इन्हां सारियां चीज़ां तों बाहर आ के जे असीं अपने बच्चे नूं देखांगे तां मैनू लगता कि सच्ची वो काबिल बनेगा। आपां चलो हो सकता आपां इकनोमिकली उस थां ते ना पहुँच सकीए जिहदे ते साडे आंढी गुआंढी होण जां साडे बहुत सारे रिश्तेदार पहुँच चुके होण, पर उहदे तों इलावा हो की पता साडे माँ प्यो नूं साडे ते किन्ना कमाण होऊगा, ते उस माण नूं बरकरार रखण लई बच्चे हमेशा मेहनत करदे, उहनां नूं करनी भी चाहीदी आ, पर पेरेंट्स नूं भी इन्ना प्रैशर नहीं लैना चाहीदा। मैनूं लगदा बिल्कुल, मैनूं लगदा सानूं उहनां दे मार्गदर्शक जरूर बनना चाहीदा, पर कंपैरिजन वाली गेम दे विच नहीं पैना चाहीदा कि असीं अपने बच्चों की तुलना जां किसी के बच्चों की तुलना आपदे नाल करिए। सो जरूर इस गल दे उपर ध्यान दिओ, अपने बच्चों के नाल बैठ के जां बच्चे अपने माँ बाप के नाल जरूर बैठ के गल करिया करन कि असीं ये चाहते हैं, तो माँ बाप दसन कि उहनां दीआं आशावां ये ने उहनां तों, पर जो भी उन्हों का फैसला असी तुहाडे नाल आ ते सही दिशा दे विच उहनां नूं जाण दे लई प्रेरित करते रहन। मैनूं गुरदीप गरेवाल नूं, भैन रुपिंदर संधूरा नूं, प्रोग्राम गल ते गल दे विचों फिलहाल दे लई इजाजत दे दिओ। ਸਤਿ ਸ਼੍ਰੀ ਅਕਾਲ।